ਸ਼ੁਭਕਾਮਨਾਵਾਂ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਤੇ ਐਸਐਸਬੀ ਕਾਰਕ ਦੇ ਰਿਗਾਰਡਿੰਗ ਆਪਣਾ ਇੱਕ ਵਟਸਐਪ ਗਰੁੱਪ ਬਣਾਇਆ ਹੋਇਆ ਹੈ ਜਿਸ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਹੈ ਜਾ ਕੇ ਤੁਸੀਂ ਵੀ ਜੁਆਇਨ ਕਰ ਸਕਦੇ ਹੋ ਉਸ ਗਰੁੱਪ ਵਿੱਚ ਗੱਲਬਾਤ ਚੱਲ ਰਹੀ ਸੀ ਕਿ ਐਗਜ਼ਾਮ ਵਿੱਚ ਸੀਪੀਟੀ ਹੋਵੇਗਾ ਜਾਂ ਮਤਲਬ ਕਿ ਓਐਮਆਰ ਸ਼ੀਟ ਬੇਸਟ ਐਗਜ਼ਾਮ ਹੋਵੇਗਾ ਤਾਂ ਮੈਂ ਵੀ ਕਨਫਿਊਜ਼ ਸੀ ਕਿਉਂਕਿ ਕਾਫੀ ਐਗਜ਼ਾਮ ਦੇ ਆਲਰੇਡੀ ਨੂੰ ਨੋਟੀਫਿਕੇਸ਼ਨ ਰੀਡ ਕੀਤੇ ਨੇ ਤੇ ਉਹਨਾਂ ਦੀ ਤਿਆਰੀ ਚੱਲ ਰਹੀ ਹੈ ਆਪਣੇ ਚੈਨਲ ਦੇ ਤੇ ਉਸ ਤੋਂ ਬਾਅਦ ਮੈਂ ਨੋਟੀਫਿਕੇਸ਼ਨ ਚੰਗੀ ਤਰ੍ਹਾਂ ਰੀਡ ਕੀਤਾ ਤਾਂ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਹੈ ਕਿ ਓਬਜੈਕਟਿਵ ਟਾਈਪ ਹੋਵੇਗਾ ਮਲਟੀਪਲ ਚੁਆਇਸ ਕੁਐਸਚਨ ਤੇ ਲਿਖਤੀ ਪੇਪਰ ਹੋਵੇਗਾ ਮਤਲਬ ਓ ਐਮ ਆਰ ਸ਼ੀਟ 'ਤੇ ਇਗਜ਼ਾਮ ਹੋਵੇਗਾ ਹੁਣ ਨੀਚੇ ਇੱਥੇ ਇਹਨਾਂ ਨੇ ਲਿਖਿਆ ਘੱਟੋ-ਘੱਟ 40 ਨੰਬਰ ਲੈਣੇ ਜ਼ਰੂਰੀ ਨੇ ਮਤਲਬ ਹੁਣ 40 ਨੰਬਰ ਲੈ ਲਏ ਆਪਾਂ 40 40% ਨੰਬਰ ਲੈ ਲਏ ਇਹਦਾ ਮਤਲਬ ਇਹ ਨੂੰ ਦੋਸਤੋ ਕਿ ਆਪਾਂ ਪਾਸ ਆ ਮਤਲਬ ਕਿ ਕੋਈ ਐਗਜ਼ਾਮ ਆਪਾਂ ਭਰਤੀ ਆਪਾਂ ਕੁਆਲੀਫਾਈ ਕਰ ਲਈ ਇਸ ਦਾ ਮਤਲਬ ਇਹ ਹੁੰਦਾ ਦੋਸਤੋ ਇਸ ਤੋਂ ਬਾਅਦ ਤੁਸੀਂ ਤੁਹਾਡਾ ਨਾਮ ਜਿਹੜਾ ਜੇ 40% ਨੰਬਰ ਲੈ ਲਏ ਨੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਨਾਮ ਆ ਉਹ ਮੈਰਿਟ ਲਿਸਟ ਲਈ ਰეკਮੈਂਡ ਕੀਤਾ ਜਾਵੇਗਾ ਹੁਣ ਕਾਫੀ ਬੱਚੇ ਕਨਫਿਊਜ਼ ਨੇ ਕਿ ਸਾਡੀ ਐਗਜ਼ਾਮ ਡੇਟ ਆ ਚੁੱਕੀ ਹੈ ਹੁਣ ਆਪਾਂ ਲੈ ਕੇ ਕੀ ਜਾਣਾ ਹੈ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਐਡਮਿਟ ਕਾਰਡ ਆ ਉਹ ਉਸ ਦੀ ਫੋਟੋਕਾਪੀ ਲੈ ਕੇ ਜਾਣੀ ਹੈ ਤੇ ਇੱਕ origignal ਡਾਕੂਮੈਂਟ ਆਪਣਾ ਆਈਡੀ ਪ੍ਰੂਫ ਵੋਟਰ ਕਾਰਡ ਹੈ ਆਧਾਰ ਕਾਰਡ ਜੋ ਵੀ ਤੁਹਾਡੇ ਕੋਲ ਹੈ ਉਹ ਜ਼ਰੂਰ ਲੈ ਕੇ ਜਾਣਾ ਹੈ ਉਕੇ ਦੋਸਤੋ ਹੁਣ ਆਪਾਂ ਗੱਲ ਕਰ ਲੈਣਾ ਕਿ OMR ਸ਼ੀਟ ਤੇ ਐਗਜ਼ਾਮ ਕਿਵੇਂ ਹੁੰਦਾ ਹੁੰਦਾ ਤੇ ਦੋਸਤੋ ਇਸ ਤਰ੍ਹਾਂ ਦਾ ਆਪਾਂ ਨੂੰ ਇੱਕ ਪੇਜ ਦਿੱਤਾ ਜਾਵੇਗਾ OMR ਸ਼ੀਟ ਹੋਵੇਗੀ ਤੇ ਕੁਐਸਚਨ ਪੇਪਰ ਆਪਾਂ ਨੂੰ ਅਲੱਗ ਦਿੱਤਾ ਜਾਵੇਗਾ ਆਪਾਂ ਕਰਨੇ ਕਿ ਕੁਐਸਚਨ ਪੇਪਰਾਂ ਵਿੱਚੋਂ ਕੁਐਸਚਨ ਨੂੰ ਰੀਡ ਕਰਨਾ ਹੈ ਜਿਵੇਂ ਕੁਐਸਚਨ ਨੰਬਰ 1 ਹੈ ਸਭ ਤੋਂ ਪਹਿਲਾਂ ਇੱਥੇ ਰੋਲ ਨੰਬਰ ਫਿਲ ਕਰਨਾ ਜਿਹੜਾ ਵੀ ਤੁਹਾਡਾ ਰੋਲ ਨੰਬਰ ਹੈ ਕਿਵੇਂ ਫਿਲ ਕਰਨਾ ਉੱਪਰ ਹੀ ਬਾਕਸ ਉਸ ਉੱਪਰ ਦੇਖ ਸਕਦੇ ਹੋ ਬਾਕਸ ਤੇ ਆਪਾਂ ਪਹਿਲਾਂ ਆਪਣੀ ਗਿਣਤੀ ਵਿੱਚ ਲਿਖ ਦਾਂਗੇ ਰੋਲ ਨੰਬਰ ਜਿਹੜਾ ਵੀ ਆ ਉਸ ਤੋਂ ਬਾਅਦ ਜਿਵੇਂ ਪਹਿਲੇ ਬਾਕਸ ਵਿੱਚ ਮੈਂ ਇੱਕ ਲਿਖਤਾ ਤਾਂ ਇੱਥੇ ਆਪਾਂ ਇੱਕ ਹੀ ਸਰਕਲ ਨੂੰ ਆਪਾਂ ਇਸ ਨੂੰ ਕਵਰ ਕਰ ਦਾਂਗੇ ਇਸ ਤੋਂ ਬਾਅਦ ਆਪਣਾ ਕੀ ਹੈ 1 15 ਇਸ ਤਰ੍ਹਾਂ ਦਾ ਕੋਈ ਰੋਲ ਨੰਬਰ ਆਪਣਾ ਤੇ ਉਸ ਨੂੰ ਆਪਾਂ ਨੀਚੇ ਜੋ ਵੀ ਆਪਾਂ ਬਾਕਸ ਵਿੱਚ ਲਏਗੇ ਉਸ ਦਾ ਸੇਮ ਨੀਚੇ ਇਹਨਾਂ ਵਿੱਚ ਆਪਾਂ ਕਵਰ ਕਰਦੇ ਰਾਵਾਂਗੇ ਓਕੇ ਦੋਸਤੋ ਹੁਣ ਕਰਨਾ ਕੀ ਹੈ ਕੁਐਸਚਨ ਪੇਪਰ ਵਿੱਚ ਆਪਾਂ ਕੁਐਸਚਨ ਪੜ੍ਹਨਾ ਹੈ ਤੇ ਉਸ ਦਾ ਆਨਸਰ ਆਪਾਂ ਕੱਢ ਲੈਣਾ ਜੋ ਵੀ ਮੈਥ ਦਾ ਰੀਜ਼ਨਿੰਗ ਦਾ ਹੈ ਨਾ ਉਹ ਆਪਾਂ ਆਨਸਰ ਸੋਲਵ ਕਰ ਲਾਂਗੇ ਜਾਂ ਜੀਕੇ ਦਾ ਉਹ ਆਪਾਂ ਮਾਈਂਡ ਵਿੱਚ ਸੈੱਟ ਕਰ ਲਾਂਗੇ ਹੁਣ ਕਰਨਾ ਕੀ ਹੈ ਕੁਐਸਚਨ ਨੰਬਰ 1 ਹੈ ਕੁਐਸਚਨ ਨੰਬਰ 1 ਆਪਾਂ ਉਥੋਂ ਪੜਾ ਆਪਣੇ ਕੁਐਸਚਨ ਪੇਪਰ ਵਿੱਚੋਂ ਤੇ ਇਸ ਦਾ ਆਪਾਂ ਨੂੰ ਹੁਣ ਪਤਾ ਹੋਣਾ ਚਾਹੀਦਾ ਹੈ ਕਿ ਰਾਈਟ ਆਨਸਰ ਕਿਹੜਾ ਹੈ ਤਾਂ ਉਸ ਦੇ ਆਪਾਂ A B C D ਉਹਦੇ ਨੀਚੇ ਆਪਾਂ ਆਪਾਂ ਟਿੱਕ ਮਾਰ ਇਹ ਮੇ ਲਗਾ ਦਾਂਗੇ ਐਗਜ਼ਾਮਪਲ ਦੇ ਤੌਰ ਤੇ ਕੁਐਸਚਨ ਨੰਬਰ 1 ਦਾ ਜਿਹੜਾ ਰਾਈਟ ਆਨਸਰ ਹੈ ਉਹ D ਹੈ ਤਾਂ ਮੈਂ D ਨੂੰ ਮੇ ਬਿਲਕੁਲ ਸਰਕਲ ਕਰ ਦਾਂਗਾ ਆਪਣੇ ਬੋਲ ਪੈਨ ਨਾਲ ਬਿਲਕੁਲ ਹੀ ਕਵਰ ਕਰ ਦੇਣਾ ਫਿਰ ਇਹ ਕਾਊਂਟ ਹੁੰਦਾ ਕਿਉਂਕਿ ਓਐਮਆਰ ਮਸ਼ੀਨ ਜਿਹੜੀ ਹੁੰਦੀ ਹੈ ਚੈਕਿੰਗ ਕਰਨ ਵਾਲੀ ਐਗਜ਼ਾਮ ਉਹ ਬਿਲਕੁਲ ਜੇ ਆਪਾਂ ਡਾਰਕ ਕਰਾਂਗੇ ਇਸ ਨੂੰ ਫਿਰ ਹੀ ਉਹ ਕੁਐਸਚਨ ਨੂੰ ਰੀਡ ਕਰੇਗੀ ਅਤੇ ਫਿਰ ਹੀ ਚੈੱਕ ਕਰੇਗੀ ਜੇ ਚੰਗੀ ਤਰ੍ਹਾਂ ਤੁਸੀਂ ਇਸ ਨੂੰ ਬਲੈਕ ਨਹੀਂ ਕਰੋਗੇ ਸਰਕਲ ਨੂੰ ਬਿਲਕੁਲ ਹੀ ਕਵਰ ਨਹੀਂ ਕਰੋਗੇ ਤਾਂ ਤੁਹਾਡਾ ਕੁਐਸਚਨ ਇਹ ਚੈੱਕ ਨਹੀਂ ਹੁੰਦਾ ਆ ਇਹ ਗਲਤੀ ਬਿਲਕੁਲ ਨਾ ਕਰੋ ਪਿਛਲੀ ਵਾਰ ਕਨਸਟੇਬਲ ਦੇ ਐਗਜ਼ਾਮ ਵਿੱਚ ਕੀ ਹੋਇਆ ਬੱਚੇ ਨੂੰ ਪਤਾ ਹੀ ਨਹੀਂ ਕਿ OMR ਸ਼ੀਟ ਤੇ ਕਿਵੇਂ ਟਿੱਕ ਕਰਨਾ ਹੈ ਉਹਨਾਂ ਨੇ ਕੀ ਕੀਤਾ ਕੁਐਸਚਨ ਪੇਪਰ ਮਤਲਬ ਕਿ ਕਾਫੀ ਜਿਆਦਾ ਕੁਐਸਚਨ ਹੁੰਦੇ ਨੇ ਤਾਂ ਉਸ ਵਿੱਚ ਹੀ ਆਪਸ਼ਨਾਂ ਤੇ ਟਿੱਕ ਲਗਾਉਂਦੇ ਗਏ ਮਤਲਬ ਕੁਐਸਚਨ ਪੇਪਰ ਤੇ ਹੀ ਲਗਾ ਦਿੱਤੇ ਤੇ ਐਂਡ ਵਿੱਚ ਕੀ ਹੋਇਆ ਉਹਨਾਂ ਦਾ ਪੇਪਰ ਹੀ ਕੈਨਸਲ ਹੋ ਗਿਆ ਮਤਲਬ ਜਿਹੜੀ ਵੀ ਟੈਂਡੈਂਸੀ ਉਹ ਲੱਗੀ ਹੀ ਨਹੀਂ ਅਕਾ ਦੋਸਤੋ ਉਮੀਦ ਹੈ ਤੁਹਾਨੂੰ ਪੂਰੀ ਗੱਲ ਸਮਝ ਚ ਆ ਗਈ ਹੋਵੇਗੀ ਜੇ ਨਹੀਂ ਆਈ ਹੈ ਸਮਝ ਤੇ ਤਾਂ ਇੰਸਟਾਗ੍ਰam ਤੇ ਮੈਨੂੰ ਫੋਲੋ ਕਰਕੇ ਮੈਨ ਨਾਲ ਗੱਲ ਕਰਕੇ ਐਗਜ਼ਾਮ ਦੇ ਰਿਗਾਰਡਿੰਗ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਐਂਡ ਜੇ ਇਹ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਥੋੜੀ ਜਿਹੀ ਵੀ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ